ਸ਼੍ਰੀਕਾਲ ਜੀ, ਕੀ ਹਾਲ ਚਾਲ ਆ? ਹੋਪ ਸੋ ਸਾਰੇ ਤੁਸੀਂ ਵਧੀਆ ਹੋਗੇ, ਘੈਂਟ ਹੋਗੇ। ਅਤੇ ਕਿਵੇਂ ਰਹੀ ਲੋਹੜੀ ਸਾਰਿਆਂ ਦੀ? ਸਾਡੀ ਵੀ ਬਹੁਤ ਵਧੀਆ ਰਹੀ, ਵਧੀਆ ਇੰਜੋਏ ਕਰਿਆ ਸਾਰਿਆਂ ਨੇ। ਅਤੇ ਆਪਾਂ ਕੋਈ ਐਡਾ ਵੱਡਾ ਫੰਕਸ਼ਨ ਤਾਂ ਹੁਣ ਪਤਾ ਨਹੀਂ ਕਰਿਆ। ਅਤੇ ਹੁਣ ਗਗਨ ਅਤੇ ਅਫਤਾਬ ਗਏ ਵੇ ਮੱਥਾ ਟੇਕਣ ਉੱਧਰ ਗੁਰਦੁਆਰਾ ਸਾਹਿਬ। ਅਤੇ ਮੈਂ ਕਿਹਾ ਚੱਲ, ਚੇਅਰ ਸੀਗੀਆਂ ਪਈਆਂ ਨਾ, ਮੈਂ ਕਿਹਾ ਇੱਥੋਂ ਕਈ ਵਾਰੀ ਕੋਈ ਮਤਲਬ ਕਿ ਸ਼ਰਾਰਤ ਕਰ ਜਾਂਦਾ ਕੋਈ, ਅਤੇ ਮੈਂ ਤਾਂ ਕਰਕੇ ਗੱਡੀ 'ਚ ਹੀ ਬਹਿ ਗਿਆ। ਮੈਂ ਚਲੋ ਮੈਂ ਬਾਅਦ 'ਚ ਟੇਕ ਲੂੰਗਾ ਮੱਥਾ। ਅਤੇ ਬਸ ਸੋਮਦਿਆਂ ਮੱਥਾ ਟੇਕ ਕੇ ਫਿਰ ਮਨਾਉਂਦੇ। ਲਓ ਬਈ ਆ ਗਏ ਮਾਂ ਪੁੱਤ ਮੱਥਾ ਟੇਕ ਕੇ। ਦੇਖਿਓ ਬਈ ਅਫਤਾਬ ਕਿਵੇਂ ਕੁਰਸੀਆਂ ਵੱਲ ਝਾਕਦਾ। ਆਪਾਂ ਛੱਡਤੀਆਂ ਨਾ ਕੁਰਸੀਆਂ? ਹਾਂਜੀ, ਛੱਡਦੇ ਕੁਰਸੀਆਂ? ਸਿਆਣਾ ਬਣਿਆ ਖੜਾ ਇਹਨਾਂ ਤੋਂ? ਇੰਨੀ ਸਿਆਣਾ ਤਾਂ ਹੈ ਹੀ ਨਹੀਂ ਆਪਾਂ, ਇੰਨੇ ਸਿਆਣੇ ਤਾਂ ਹੈ ਹੀ ਨਹੀਂ। ਲੈ ਵੀ ਸਿਆਣਾ ਕਹਿਤਾ ਤੇ ਲੱਗ ਗਿਆ ਸ਼ਰਾਰਤ ਕਰਨਾ, ਸ਼ਰਾਰਤੀ ਬੱਚਾ। ਚਲੋ ਛੱਡਤੀਆਂ ਆਪਾਂ, ਤੇ ਹੁਣ ਚੱਲਦੇ ਘਰ ਨੂੰ। ਮੈਂ ਆਈ ਸੀ ਨਾ ਉੱਪਰ, ਧੁੱਪਾ ਮਾੜੀ ਮਾੜੀ, ਸਿਰ ਧੋਤਾ ਸੀਗਾ ਹੈ ਨਾ, ਤਾਂ ਸੋਚਿਆ ਵੀ ਚੱਲ ਉੱਪਰ ਆ ਕੇ ਸੁਕਾ ਲੈਂਦੀ ਹਾਂ, ਜ਼ਰੂਰੀ ਡਰਾਇਰ ਮਾਰਨਾ। ਵਾਲ ਤਾਂ ਮੇਰੇ ਬਹੁਤ ਵੈਸੇ ਬਹੁਤ ਝੜਦੇ, ਸਾਰੇ ਪਾਸੇ ਵਾਲ ਮੇਰੇ ਹੋਏ ਵੇ ਹੁੰਦੇ ਹੈਗੇ ਘਰੇ। ਅੱਜ ਪਤਾ ਨਹੀਂ ਬੋਰਿੰਗ ਜਿਹਾ ਦੇਣ ਹੈ, ਹੋਰ ਹੀ ਅਜੀਬ ਜਿਹਾ। 4 ਵੱਜ ਗਏ ਹੈਗੇ, ਅਤੇ ਅੱਜ ਕੀ ਸੀ, ਬਸ ਘਰੇ ਜਿਵੇਂ ਆਪਣਾ ਰੋਜ਼ ਦਾ ਕੰਮ ਹੁੰਦਾ ਹੈ ਨਾ, ਰੂਟੀਨ ਦਾ। ਮਾਘੀ ਸੀਗੀ, ਉੱਥੇ ਨਹਾਤੇ ਅਤੇ ਸਾਫ਼ ਸਫਾਈ ਕਰ ਲਈ, ਖਾ ਪੀ ਲਿਆ, ਅਤੇ ਗੁਰਦੁਆਰਾ ਸਾਹਿਬ ਜਾਏ ਅਸੀਂ। ਜੋ ਕੱਲ੍ਹ ਚੇਅਰਸ ਲੈ ਕੇ ਆਏ ਸੀਗੇ ਉਹ ਛੱਡ ਆਉਂਦੀਆਂ, ਅਤੇ ਹੋਰ ਕੋਈ ਵੀ ਕੰਮ ਨਹੀਂ ਗਾ। ਮੈਂ ਕਿਹਾ ਚੱਲ ਹੁਣ ਥੋੜ੍ਹਾ ਚਿਰ ਬਹਿ ਜਾਂਦੇ ਉੱਤੇ, ਅਤੇ ਆ ਵੇ ਇਹ ਦੋ ਮੇਰੀਆਂ ਪੂਛਾਂ, ਇੱਕ ਵੱਡੀ ਪੂਛ ਹੈ, ਇੱਕ ਛੋਟੀ ਪੂਛ ਹੈ। ਮੈਂ ਨਾ ਇਹਨਾਂ ਨੂੰ ਥੱਲੇ ਛੱਡ ਕੇ ਆਈ ਸੀਗੀ ਵੀ ਚੱਲ ਮੈਂ ਉੱਪਰ ਜਾਂਦੀ ਹੈਗੀ, ਥੋੜ੍ਹਾ ਟਾਈਮ ਬਹਿੰਦੀ ਹਾਂ। ਮੇਰੇ ਪਿੱਛੇ ਹੀ ਆ ਗਏ ਇਹ, ਆਇਆ ਤੇਰੀ ਤਾਂ ਕਲਾਸ ਲਾਵਾਂ ਪਹਿਲਾਂ ਮੈਂ। ਨਹੀਂ ਤੈਨੂੰ, ਤੇਰੇ ਕੋਲ ਨੀਚੇ 3 ਜਣੇ ਸੀਗੇ ਨਾ, ਇਹ ਨਹੀਂ ਇਹਨੂੰ ਲਾ, ਤੇਰੇ ਕੋਲ 3 ਜਣੇ ਸੀਗੇ ਨਾ ਨੀਚੇ, ਮੇਰੇ ਪਿੱਛੇ ਕੀ ਕਰਨ ਆਏ ਹੋ? ਉੱਪਰ ਦੇਖਦਾ ਕੀ ਹੈ, ਉੱਪਰ ਉੱਪਰ ਕੀ ਹੈ, ਉੱਪਰ ਕਬੂਤਰ, ਉੱਪਰ ਪੰਛੀ ਦੇਖਦਾ ਇਹ, ਬੋਲਦੇ ਆ ਨਾ, ਚੈੱਕਦੇ ਫਿਰਦੇ ਹੈਗੇ ਉੱਪਰ। ਬੈਠਦੇ ਹੈਗੇ ਇੱਥੇ ਥੋੜ੍ਹਾ ਜਿਹਾ ਚਿਰ ਆਪਾਂ ਸਕੂਨ ਜੇ ਨਾਲ ਵੀ। ਤੁਹਾਨੂੰ ਲੱਗ ਰਿਹਾ ਅੱਜ ਬੋਰਿੰਗ ਡੇ ਹੈ ਨਾ, ਦਿਨ ਛੋਟੇ ਆ ਨਾ, ਤਾਂ ਵੀ ਅੱਜ ਦਿਨ ਜਿਹਾ ਨਹੀਂ ਲੰਘਦਾ ਪਿਆ। ਪਰ ਲੰਘਾਉਂਦੇ ਆ ਟਾਈਮ, ਪੂਰਾ ਕਰਦੇ। ਲਓ ਬਈ ਆਪਾਂ ਦੇਖ ਰਹੇ ਹਾਂ ਮੂਵੀ ਮਸਤਾਨੇ। ਅਸੀਂ ਕਿਹਨੇ ਕਿਹਨੇ ਦੇਖੀ ਹੈਗੀ, ਪਿਟਾਰਾ ਟੀਵੀ 'ਤੇ ਆ ਰਹੀ ਸੀਗੀ, ਬਹੁਤ ਸੋਹਣੀ ਮੂਵੀ ਹੈ। ਮੈਂ ਤਾਂ ਪਾਪਾ ਤਾਂ ਥੀਏਟਰ 'ਚ ਦੇਖ ਕੇ ਆਏ ਸੀਗੇ, ਅਤੇ ਮੰਮੀ ਅਤੇ ਗਗਨ ਨੇ ਨਹੀਂ ਦੇਖੀ ਸੀਗੀ, ਅਤੇ ਫਿਰ ਇਹ ਵੀ ਦੇਖ ਰਹੀਆਂ ਹੈਗੀਆਂ ਹੁਣ। ਬਹੁਤ ਸੋਹਣੀ ਮੂਵੀ ਯਾਰ, ਬਹੁਤ ਜ਼ਿਆਦਾ ਸੋਹਣੀ ਹੈਗੀ, ਅਤੇ ਦੇਖੋ ਸਾਰੇ ਜਾਣੇ ਬਈ, ਠੀਕ ਹੈ? ਅਤੇ ਇੱਧਰ ਦੇਖ ਲਓ ਅਫਤਾਬ ਜੀ ਸਾਡੇ ਰੌਲਾ ਪਾ ਰਹੇ ਨੇ। ਹਾਂ ਹੁਣ ਹਾਸੀਆਂ ਆ ਗਈਆਂ, ਹੁਣ ਕੈਮਰਾ ਦੇਖ ਕੇ ਹਾਸੀਆਂ ਆ ਗਈਆਂ, ਅਤੇ ਦਾਦੀ ਨੂੰ ਮੂੰਫਲੀਆਂ ਨਹੀਂ ਖਾਣ ਦੇ ਰਿਹਾ। ਬਾਬਾ ਨੀ, ਪਾਪਾ ਕਹੋ, ਪਾਪਾ ਗੁਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਬਲੈ ਸਾਰਿਆਂ ਨੂੰ। ਕੀ ਖਾ ਰਹੇ ਹੋ ਤੁਸੀਂ? ਦੇਖੋ ਬਈ ਅਫਤਾਬ ਕੀ ਖਾ ਰਿਹਾ, ਕੀ ਲੱਗਿਆ ਹੋਇਆ ਹੈ ਇਸ ਤੇ ਤੁਹਾਡੇ? ਆਂਡਾ, ਆਹ ਦੇਖੋ ਬਈ ਆਂਡਾ ਖਾ ਰਿਹਾ ਜੀ ਸਾਡਾ ਮੁੰਡਾ। ਕਿੱਥੇ, ਮੈਂ ਤੈਨੂੰ ਕਾਫੀ ਦਿੱਤਾ ਸੀ, ਬਾਕੀ ਕਿੱਧਰ ਗਿਆ? ਇਹ ਹੋ ਗਿਆ, ਹਾਂ ਇਹਨੂੰ ਨਾ ਬਈ ਚੱਕ ਕੇ ਮੂੰਹ 'ਚ ਨਹੀਂ ਪਾਉਣਾ ਆਉਂਦਾ, ਸਿਰਫ ਬਸ ਐ ਭੋਰ ਦਿੰਦਾ, ਇਹਨੂੰ ਇਹ ਨਹੀਂ ਪਤਾ ਮੈਂ ਚੀਜ਼ ਚੱਕ ਕੇ ਮੂੰਹ 'ਚ ਪਾਉਣੀ ਆ, ਇਕੱਲਾ ਭੋਰ ਦਿੰਦਾ। ਹਾਂ ਚੂਰਾ ਬਣਾਤਾ ਸਾਰੇ ਅੰਡੇ ਦਾ। ਪਾਪਾ ਇੱਦਾਂ ਦੇਖਿਓ,
ਨਾ ਵਿਆਹ 'ਤੇ, ਠੀਕ ਹੈ। ਮੰਮੀ ਕੱਪੜੇ ਪ੍ਰੈਸ ਕਰੀ ਜਾਂਦੇ ਆ, ਆਹ ਮੇਰਾ ਸੂਟ ਲਵੀ ਦੇ ਆਪਾਂ ਨੇ ਕੱਢਤੇ, ਅਤੇ ਮੰਮੀ ਤੁਸੀਂ ਆਪਦਾ ਕਰ ਲਿਆ ਸੂਟ? ਹਾਂ, ਮੰਮੀ ਨੇ ਸੂਟ ਪ੍ਰੈਸ ਕਰ ਲਿਆ ਆਪਦਾ। ਹੁਣ ਹੁਣੇ ਆਪਾਂ ਤਿਆਰ, ਹਲਕਾ ਫੁਲਕਾ ਬ੍ਰੈਕਫਾਸਟ ਕੀਤਾ ਆਪਾਂ, ਉੱਥੇ ਜਾ ਕੇ ਖਾਵਾਂਗੇ। ਅਤੇ ਇੱਧਰ ਮਿਸਟਰ ਅਫਤਾਬ ਸਿੰਘ, ਠੰਡ ਟਿਕਿਆ ਨਹੀਂ ਆਉਂਦਾ, ਦੰਦ ਜੇ ਕੱਢਦਾ ਫਿਰਦਾ, ਗੁੱਡ ਮਾਰਨਿੰਗ ਕਰ, ਗੁੱਡ ਮਾਰਨਿੰਗ ਕਰ, ਦੇਖਦਾ ਤੇ ਪਿਆ ਨਹੀਂ ਤੂੰ, ਹੁਣ ਦੇ ਗਿਆ, ਗੁੱਡ ਮਾਰਨਿੰਗ ਕਰ, ਗੁੱਡ ਮਾਰਨਿੰਗ ਕਰ, ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਕਰ। ਵਿਆਹ 'ਤੇ ਚੱਲੇ ਹੋ ਤੁਸੀਂ, ਬਣ ਜੀ ਸੋਹਣੇ ਆਪਾਂ ਵੀ, ਆਪਾਂ ਅਫਤਾਬ, ਪਹਿਲਾਂ ਮੈਂ ਹੋ ਜਾਂ ਤਿਆਰ, ਫਿਰ ਅਫਤਾਬ ਨੂੰ ਆਪਾਂ ਸੋਹਣਾ ਬਣਾਉਂਦੇ ਹਾਂ। ਹਾਂ, ਹੁਣ ਮੈਂ ਪਾਉਣ ਲੱਗੀ ਲੈਂਸ। ਮੇਰਾ ਨਾ ਮਤਲਬ ਜਦੋਂ ਵੀ ਕਿਤੇ ਵੀ ਜਾਣਾ ਹੁੰਦਾ, ਸਭ ਤੋਂ ਵੱਡਾ ਟਾਰਗੇਟ ਆ ਲੈਂਸ ਪਾਉਣਾ ਹੁੰਦਾ, ਵੀ ਛੇਤੀ ਪੈ ਜਾਣਾ, ਜੇ ਲੈਂਸ ਪੈ ਗਈ ਫਿਰ ਸਾਰਾ ਕੁਛ ਹੋ ਗਿਆ। ਹੁਣ ਆਪਾਂ ਲੈਂਸ ਪਾ ਲਈਏ, ਹੋ ਕੇ ਤਿਆਰ, ਆਪਾਂ ਚੱਲਿਆਂਗੇ ਵਿਆਹ 'ਤੇ। ਡੈਡੀ, ਮੰਮੀ, ਮੈਂ, ਠੀਕ ਹੈ, ਅਫਤਾਬ ਦੀ ਠੀਕ ਹੈ। ਹੁਣ ਜਾ ਕੇ ਆਪਾਂ ਅਸੀਂ ਪਹੁੰਚ ਗਏ, ਕਿ ਮੈਂ ਬਾਤ ਹੀ ਆ ਗਿਆ, ਮਿਸਟਰ ਲਵਦੀਪ ਸਿੰਘ ਬਰਾੜ, ਮੈਂ ਲਓ ਬਈ, ਅਸੀਂ ਸਦਿਆ ਹੀ ਆ ਗਏ, ਡੈਡੀ ਨਾਲ ਇੰਨੀ ਕਾਹਲੀ ਕਰੀ ਜਾਂਦੀ ਸੀ, ਹਾਲੇ ਕੋਈ ਵੀ ਨਹੀਂ ਆਇਆ, ਸਗੋਂ ਆ ਗਏ ਥੋੜ੍ਹੇ ਲੋਕ ਆਏ ਆ, ਮਤਲਬ ਹੈ, ਅੱਛਾ ਆਏ ਹੋਏ ਆ, ਮੈਨੂੰ ਭੁਲੇਖਾ ਪਿਆ ਸੀ। ਲਵੀ ਚੀਜ਼ ਦਿਖਾਵਾਂ ਵੀ, ਇੱਕ ਲਵੀ ਨੇ ਨਾ ਬਲੇਜ਼ਰ ਨਾਲ ਦੇ ਫੁੱਟਵੀਅਰ ਪਾਏ ਹੋਏ ਆ, ਤੁਸੀਂ ਨੌਨ ਵੈਜ ਹੁੰਦੇ ਹੋਏ ਵੈਜ ਖਾ ਰਹੇ ਹੋ, ਪਲੇਟ 'ਚ ਇੰਨਾ ਥੋੜ੍ਹਾ, ਮੇਰੀ ਪਲੇਟ 'ਚ ਦੇਖੋ ਬਈ ਕੀ ਕੁਛ। ਹਾਂ, ਆਪਾਂ ਆਹ ਖਾਂਦੇ ਹਾਂ, ਬੇਕਰਸ ਹੈ ਤਾਂ ਵੈਸੇ ਹੋਰ ਉੱਥੇ ਬਹੁਤ ਕੁਛ ਸੀਗਾ, ਪਰ ਮੈਂ ਵਿਦਆਊਟ ਚੋਕਲੇਟ ਆਈਟਮਸ ਲੈ ਕੇ ਆਈ ਹਾਂ, ਮੈਨੂੰ ਚੋਕਲੇਟ ਪਸੰਦ ਨਹੀਂ। ਇਸ ਕਾਰਨ ਪਲੇਟ ਦੇਖੋ ਭਰੀ ਹੈ, ਡੁੱਬੀ ਕਰੀ ਜਾਂਦੀ ਹੈ, ਬਣ ਗਈ ਹੁਣ ਤਾਂ, ਬਣ ਗਈ ਵੀਡੀਓ, ਨਹੀਂ ਅਸੀਂ ਨਹੀਂ ਕਹਿਣਾ, ਆਪਾਂ ਤਾਂ ਕੌਫੀ ਪੀਂਦੇ ਹਾਂ, ਡਾਈਟਿੰਗ 'ਤੇ ਆਗੇ, ਹੈਲਦੀ ਫੂਡ 'ਤੇ ਆਪਾਂ ਨਾ, ਹੁਣ ਆਹ ਖਾਣ ਲੱਗ ਗਈ, ਡੈਡੀ ਡੋਨਟ ਵਗੈਰਾ ਲੈ ਕੇ ਆਇਆ, ਡੈਡੀ ਡੋਨਟ ਵਗੈਰਾ ਲੈ ਕੇ ਆਇਆ, ਮੈਂ ਹਫਤਾਬ ਨੂੰ ਸਾਰਾ ਕੁਝ ਟੇਸਟ ਕਰਾਉਣਾ, ਨਹੀਂ ਤੂੰ ਫੂਡ ਬਲੌਗਰ ਬਣ ਰਹੀ ਆ ਹੁਣ, ਹੈਂ। ਚਲੋ, ਅਫਤਾਬ ਫਰੂਟ ਚਾਟ ਖਾਈ ਜਾਂਦੇ ਆ, ਵਾਟਰਮਿਲਨ ਖਾ ਰਹੇ ਆ ਇਕੱਲਾ ਹੀ, ਅਫਤਾਬ ਮੰਮੀ ਡਿੱਗੂਗਾ, ਆ ਲੈ ਇਹਨੂੰ, ਕਹਿੰਦਾ ਵਾਟਰਮਿਲਨ ਹੀ ਵਧੀਆ ਲੱਗਿਆ, ਕੀਵੀ ਖੱਟੀ ਵਾਲੀ ਆ, ਉਹ ਦੇਣਾ ਨਹੀਂ ਪਪੀਤਾ ਇਹਨੂੰ,
ਅੱਜ ਬੜਾ ਸੋਹਣਾ ਦਿਨ ਲੱਗਿਆ ਹੋਇਆ ਹੈ ਨਾ ਲੱਤੇ ਨਾ ਵਧੀਆ ਲੱਗਿਆ ਹੋਇਆ ਅੱਜ ਵਧੀਆ ਇੰਜੋਏ ਕਰ ਰਹੇ ਹਾਂ ਅੰਦਰ ਨਾ ਬੇਸ ਬਾਲੀ ਹੈ ਬਾਹਰ ਹੀ ਬੈਠੇ ਵਧੀਆ ਇਹਨਾਂ ਨਾਲ ਧੁੱਪ ਸੇਕ ਲਾਂਗੇ सारा जोर लगे पे चांबले पे की हो देख गुस्सा का तो करी जाना लो भाई देखो कैटरिंग बहुत वधिया ते कैटरिंग वाले अपने भाई जान पछाण वाले आ जिहड़े कैटरिंग महाराज पिंड तो भाई चमकौर ते उन्हां दी कैटरिंग हैगी बहुत सोहनी आ मतलब कि हरेक चीज़ एक सिस्टमैटिकली तरीके नाल ना रखी हुई आ बेकर्स डिपार्टमेंट आ है ना सारा ते आ एक भाई राइस ठीक है ते तीन तरह के राइस आ गए ते अपना अगे आ गया अच्छा फूड आ रहा ठीक है नॉन वेज आ गया नॉन वेज का वेज सैगमेंट आ गया भाई ये सारा वेज सैगमेंट है मैं कैटरिंग तुम्हें दिखा दी है ना सारी तो कैटरिंग कि अपने भाई मतलब कि महाराज तो भाई जी की ठीक है तो भाई माड़ा दोस्तों अपनी कैटरिंग बारे अपने भाई जी अपने चैनल का नाम लैके कोई डिस्काउंट मिलूगा रेफरेंस कोई नहीं कोई नहीं भाई मान रखूगा अपना मान तान जरूर करूगा ठीक है ताप दे खाने दा ता हो गया टाइम दो रन रेस लगे हैं यहां पता नहीं केड़ा राइस खाओगे राइस चलो भी आफ्ताब सौ गया तो हूँ असं करते हैं घर वाल वापसी ठीक है टाइम हो गया गा 7:15 इतने नेड़े ही आप लोगों साढ़े पाँच पहुँच जाएंगे घर तो बहुत इंजॉय किया वधिया रहा ब्लॉग ही वधिया रहा विआह आ गए इधर भाई की सेवा खाली तो नहीं होगी सेवा पूरी पेट पूजा हाँ समझ लो खाने इकट्ठा करके तो खाने नाल नहीं लेके जाते चलो चलते हाँ बी प मतलब पिंड अपने रह गए सी एक घर दादी की कहोंगे आप लो भैया तीन जने इतने खड़े मेरी वेट करी जाने कदों वेट कर दो बी है फोटो खिंचनी है मैं वीडियो बनाई जाता जी ठीक है लो बी ओबियस विआह बी तकरीबन कंप्लीट हो गया है ना आफ्ताब सौ गया तो मम्मी पापा भी आप सारे हुण चलें घर नूं वापस ठीक है जी बहुत वधिया दिन रहा बहुत इंजॉय करिया हैव अ नाइस डे तो देखते हैं आप जे घर जाके कुछ मतलब एक्टिविटी करते हैं तो तुम दिखाने नहीं आप इतनी ब्लॉग एंड करा ओके अभी असं आ गए थे घर है ना चेंज कर चार पाँच मैसेज करे आ गए थे तो मैंने बहुत माड़ी गल पता नहीं यार मैं खाता नहीं गया ना तो पर फिर भी पता नहीं मेरा ना दिल खुश हो ही जाता हूँ आप पीन लगे इनो
ਇਹਨੂੰ ਵੀ ਲੈਣੀ ਹੈ। ਐਕਚੁਅਲੀ ਪਤਾ ਕੀ ਹੈ, ਮੈਨੂੰ ਇੱਕ ਫਿਸ਼ ਖਾਣ ਲੱਗੀ ਸੀਗੀ, ਮੈਨੂੰ ਫਿਸ਼ ਵਧੀਆ ਲੱਗਦੀ ਹੈ, ਪਤਾ ਨਹੀਂ ਕਿਹੜੀ ਫਿਸ਼ ਸੀਗੀ, ਲੇਕਿਨ ਇਹਨਾਂ ਨੂੰ ਕੀ ਆ ਵਿੱਚ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਗਰਮ ਹੁੰਦੇ, ਤੂੰ ਇੱਕੋ ਹੀ ਪੀਸ ਖਾ ਨਾ, ਪਰ ਮੈਨੂੰ ਲੱਗੀ ਯਾਰ ਟੇਸਟੀ, ਉਹ ਦੂਸਰੀ ਫਿਸ਼ ਨਾਲ ਉਹਨਾਂ ਟੇਸਟੀ ਸੀਗੀ ਹੈ ਨਾ। ਮੈਂ ਉਹਦੇ ਦੋ ਪੀਸ ਖਾਧੇ, ਕਾਫੀ ਵੱਡੇ ਵੱਡੇ ਪੀਸ, ਮਤਲਬ ਐਡਾ ਸਾਰਾ ਪੀਸ ਸੀ ਉਹਦਾ, ਮੈਂ ਦੋ ਪੀਸ ਖਾ ਗਈ। ਉਦੋਂ ਬਾਅਦ ਮੈਨੂੰ ਘਬਰਾਹਟ ਹੋਣ ਲੱਗ ਗਈ ਹੈ ਨਾ, ਵਿਆਹ 'ਚ ਉਦੋਂ ਬਾਅਦ ਮੈਂ ਰੋਟੀ ਵਗੈਰਾ ਕੁਛ ਨਹੀਂ ਖਾਧਾ, ਵੋਮਿਟ ਅੰਗ ਹੋ ਹੀ ਜਾਂਦਾ ਮੇਰੇ। ਕਹਿੰਦੇ ਇੰਨੀ ਕੁ ਗਰਮ ਹੁੰਦੀ ਹਾਲੇ ਤਾਂ, ਕਹਿੰਦੇ ਤੂੰ ਦੇਖੀ ਤੇਰੇ ਫੇਸ 'ਤੇ ਪਿੰਪਲਸ ਹੋ ਜਾਣਗੇ ਸੁਬਹਾ ਤੱਕ। ਫਿਰ ਮੈਨੂੰ ਟੈਨਸ਼ਨ ਜਿਹੀ ਹੋ ਗਈ ਥੋੜ੍ਹੀ, ਆਏ ਫੇਸ 'ਤੇ ਪਿੰਪਲਸ, ਇੱਕ ਤਾਂ ਕਾਫੀ ਦਿਨ ਹੋ ਗਏ। ਵੈਸੇ ਮੈਂ ਕੰਟੀਨਿਊਸਲੀ ਹੈ ਨਾ ਫੇਸ 'ਤੇ ਮੇਕਅਪ ਕਰ ਰਹੀ ਸੀਗੀ, ਮੇਕਅਪ ਮੈਨੂੰ ਸੂਟ ਨਹੀਂ ਕਰਦਾ ਹੈ ਨਾ, ਤਾਂ ਮੈਂ ਕੁਛ ਨਹੀਂ ਲਗਾਉਂਦੀ ਹੁੰਦੀ, ਅਤੇ ਹੁਣ ਬਸ ਹੁਣ ਮੈਂ ਆਪਾਂ ਕੁਛ ਨਹੀਂ ਲਗਾਉਣਾ, ਅਤੇ ਜੇ ਪਿੰਪਲਸ ਨਿਕਲ ਗਏ ਆਈਆਂ ਫਿਰ ਉਹਦੇ ਲਈ ਕੋਈ ਗੱਲ ਨਹੀਂ, ਘਰ ਕੋਈ ਹੋਮ ਰੈਮਡੀ ਕਰਾਂਗੇ। ਲਵ ਯੂ। ਕਿਹੜੀ ਫਿਸ਼ ਸੀਗੀ? ਉਹ ਸੀਗੀ ਡਗਾਨਾ ਜਿਹੜੀ ਮੈਂ ਖਾਧੀ ਸੀ, ਬੜਾ ਤੰਗ ਕਰੀ ਜਾਂਦੀ ਹੈ, ਤੰਗ ਕਰੀ ਨੇ ਪਹਿਲੇ ਹੀ ਕਿਹਾ ਸੀ ਤੈਨੂੰ ਖਾਣ ਲੱਗੀ ਨੂੰ ਵੀ ਉਹ ਬਹੁਤ ਗਰਮ ਹੁੰਦੀ ਹੈ। ਮੈਨੂੰ ਐਤੇ ਕੁਛ ਗਲੇ ਚੜ ਕੇ ਪਿਆ, ਦੋ ਦੋ ਖਾਧੇ ਨਾ, ਤੇ ਮੈਂ ਕਿੰਨੇ ਖਾਧੇ? ਮੈਂ ਇੱਕ ਬਾਈਟ, ਇੱਕ ਬਾਈਟ। ਹਾਂਜੀ ਮੈਨੂੰ ਪਤਾ ਲੱਗ ਗਿਆ ਟੇਸਟ ਤੋਂ ਦੁਕਾਨਾ ਮੈਂ ਖਾਧੀ ਨਹੀਂ ਸੀ, ਪਰ ਮੈਨੂੰ ਟੇਸਟ ਜੀ। ਆਪਾਂ ਲੱਗੇਗੇ ਵਲੌਗ ਦਾ ਕਰਨ ਐਂਡ, 9:30 ਹੋ ਗਏ, ਮੈਂ 9 ਵਜੇ ਉੱਠੀ ਸੀਗੀ ਅਤੇ ਸੌਂਗ ਜਦੋਂ ਦੱਸਿਆ ਸੀ ਮੇਰੀ ਥੋੜ੍ਹੀ ਤਬੀਅਤ ਖਰਾਬ ਹੋਈ ਜਾਂਦੀ ਸੀਗੀ ਨਾ, ਮੈਂ ਸੌਂਗੀ ਨਹੀਂ ਤਾਂ ਮੈਨੂੰ ਹੁਣ ਵੀ ਆਈ ਜਾਂਦੀ ਹੈਗੀ ਫਿਰ, ਅਤੇ ਪਰ ਹੁਣ ਮੈਂ ਚਲੋ ਮੂੰਹ ਹੱਥ ਧੋ ਕੇ ਆਈ ਹੈਗੀ ਹੈ ਨਾ, ਉਹ ਵੀ ਪੈ ਗਈ ਸੀ, ਮੈਂ ਉਦੋਂ ਸਿਰਫ ਚੇਂਜ ਕਰਕੇ ਕੱਪੜੇ। ਹੁਣ ਆਪਾਂ ਐਡਿਟ ਕਰ ਦਿੰਦੇ ਹੈਗੇ ਵਲੌਗ, ਅਤੇ ਕੱਲ੍ਹ ਜਿਵੇਂ ਮਾਘੀ ਵਾਲਾ ਵਲੌਗ ਸੀ, ਮੈਂ ਮਾਘੀ ਵਾਲਾ ਵਲੌਗ ਨਾ ਜਿਹੜਾ ਛੋਟਾ ਹੀ ਆਇਆ ਸੀਗਾ, ਤਾਂ ਮੈਂ ਅੱਜ ਦਾ ਵਲੌਗ ਅਤੇ ਕੱਲ੍ਹ ਦਾ ਇਕੱਠਾ ਕਰਤਾ ਵਲੌਗ। ਅਤੇ ਗੁੱਡ ਨਾਈਟ ਜੀ ਸਾਰਿਆਂ ਨੂੰ, ਸਾਰੇ ਆਪਣਾ ਧਿਆਨ ਰੱਖਿਆ ਕਰੋ, ਮੇਲ ਜੁਲ ਕੇ ਰਿਹਾ ਕਰੋ, ਸਤਿ ਸ਼੍ਰੀ ਅਕਾਲ।